ਜਨਾਬ ਆ ਕਿਹੜੀਆਂ ਸੋਚਾਂ ਵਿੱਚ ਪਏ ਹੋ, ਨਾਲੇ ਆ ਕੀ ਹਿਸਾਬ ਕਿਤਾਬ ਜਾ ਲਈ ਜਾਂਦੇ ਹੋ। ਉਹ ਕਾਲੇ ਕੀ ਦੱਸਾਂ ਯਾਰ, ਕੁੜੀ ਦਾ ਵਿਆਹ ਏ, 1,00,000 ਰੁਪਇਆ ਥੁੜਦਾ ਪਿਆ, ਉਹੀ ਸੋਚਦਾ ਪਿਆ ਸੀ ਕਿਵੇਂ ਇੰਤਜ਼ਾਮ ਕਰਾਂ। ਜਨਾਬ ਲੱਗਦਾ ਕੰਮ ਬਣ ਗਿਆ। ਬਣ ਗਿਆ? ਉਹ ਕਿਵੇਂ? ਉਹ ਦੇਖੋ, 2 ਮੁਰਗੀਆਂ ਨੂੰ ਫੜ ਕੇ ਲੈ ਕੇ ਆ ਰਹੇ ਨੇ। ਚਲੋ 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 ਚਲੋ, ਆ ਜਨਾਬ ਦੋਹੇ ਨਾਕੇ ਤੋਂ ਫੜ ਕੇ ਲਿਆਏ ਆ, ਸਕੂਟਰ ਤੇ ਪੁੱਕੀ ਲੈ ਕੇ ਜਾ ਰਹੇ ਸੀ। ਉਹ ਨਾ ਕੀ ਤੇਰਾ ਰੰਗਾ ਜੀ? ਅੱਛਾ ਸਾਲਿਆ, ਤੂੰ ਹੀ ਪਾਇਆ ਪੰਗਾ? ਨਹੀਂ ਜੀ। ਅੱਛਾ ਪੁੱਕੀ ਦਾ ਕਾਰੋਬਾਰ ਹੈ ਤੇਰਾ ਤੇ ਸਕੂਟਰ ਤੇ ਸਪਲਾਈ? ਜਨਾਬ ਆ ਲੋ ਸਕੂਟਰ ਦੀ ਆਰ ਸੀ। ਸਕੂਟਰ ਤੇ ਪੁੱਕੀ ਲੈ ਕੇ ਜਾ ਰਹੇ ਸੀ। ਉਹ ਸਾਲਿਆ, ਉਹ ਸਾਲਿਆ, ਉਹ ਐ ਤਾਂ ਓਮ ਪ੍ਰਕਾਸ਼ ਲਿਖਿਆ, ਉਹ ਸਕੂਟਰ ਵੀ ਚੋਰੀ ਦੀ? ਨਹੀਂ ਜੀ, ਕਿਸੇ ਕੋ ਮੰਗ ਕੇ ਲਿਆਏ ਸੀ ਜੀ। ਉਹ ਇਹਨਾਂ ਨੂੰ ਕਰੋ ਅੰਦਰ ਤੇ ਚੱਕ ਕੇ ਲਿਆਓ ਓਮ ਪ੍ਰਕਾਸ਼ ਨੂੰ ਇਹ ਪਤੇ ਤੋਂ। ਚਲੋ ਚਲੋ ਅੰਦਰ ਕਰੋ, ਚਲੋ ਅੰਦਰ, ਚਲੋ ਚਲੋ ਅੰਦਰ, ਚਲੋ ਅੰਦਰ। ਜਨਾਬ ਮੈਂ ਤੁਹਾਨੂੰ ਕਿਹਾ ਸੀ ਨਾ ਬੇ ਇੰਤਜ਼ਾਮ ਹੋ ਗਿਆ। ਉਹ ਕੰਜਰਾ ਜ਼ਬਾਨ ਦਾ ਬਹੁਤ ਪੱਕਾ ਹੈ, ਜੋ ਵੀ ਕਹਿੰਦਾ ਨਾ ਸੱਚ ਹੋ ਜਾਂਦਾ। ਜਨਾਬ ਮਾਂ ਨੇ ਐਵੇਂ ਥੋੜੀ ਰੱਖਿਆ ਮੇਰਾ ਨਾਂ ਕਾਲਾ। ਉਹ ਕਾਲਿਆ ਤੇਰੇ ਕੰਮ ਵੀ ਕਾਲੇ ਨੇ। ਹਾਂਜੀ ਜਨਾਬ ਜੀ, ਆ ਹੈ ਜੀ ਓਮ ਪ੍ਰਕਾਸ਼। ਜੈਨ ਜਨਾਬ। ਤੂੰ ਆ ਬਈ ਓਮ ਪ੍ਰਕਾਸ਼? ਜੀ ਜਨਾਬ। ਕੀ ਕੰਮ ਹੈ ਤੇਰਾ? ਆੜ ਦਾ ਕੰਮ ਹੈ ਜੀ ਮੰਡੀ 'ਚ। ਆੜ ਦਾ? ਉਹ ਤੈਨੂੰ ਪਤਾ ਤੇਰੀ ਵੇਚੀ ਸਕੂਟਰ ਦੇ ਭੁੱਕੀ ਨਾਲ ਫੜ ਗਏ ਇਹ? ਕਿਹੜੇ ਬੰਦੇ ਜਨਾਬ? ਆ ਬੰਦੇ ਜਾਣਦੇ ਇਹਨਾਂ ਨੂੰ? ਨਾ ਜਨਾਬ, ਮੈਂ ਤਾਂ ਨਹੀਂ ਇਹਨਾਂ ਨੂੰ ਜਾਣਦਾ, ਮੈਂ ਤਾਂ ਇਹਨਾਂ ਨੂੰ ਵੇਚੀ ਨਹੀਂ ਜੀ ਸਕੂਟਰ। ਉਹ ਸਕੂਟਰ ਵੇਚਿਆ ਕਿਹਨੂੰ ਫਿਰ? ਜਨਾਬ ਮੈਂ ਤਾਂ ਵਿਨੋਦ ਨੂੰ ਵੇਚੀ ਸੀ। ਵਿਨੋਦ ਨੂੰ? ਉਹ ਸਾਲੇ ਨੂੰ ਅੰਦਰ ਪਾਓ। ਲੈ ਤੂੰ ਵੀ ਚੱਲ, ਤੂੰ ਵੀ ਚੱਲ। ਜਨਾਬ ਇਹ 'ਚ ਮੇਰਾ ਕੀ ਕਸੂਰ? ਇਹਨੂੰ ਅੰਦਰ ਪਾ ਕੇ ਇਹ ਤੋਂ ਵਿਨੋਦ ਦਾ ਪਤਾ ਪੁੱਛ ਕੇ ਚੱਕ ਲਿਓ ਵਿਨੋਦ ਨੂੰ। ਜਨਾਬ ਇਹ ਤਾਂ ਕੋਈ ਲੰਮਾ ਹੀ ਪੀਣਾ ਪਿਆ ਲੱਗਦਾ। ਹਾਏ ਕਾਲਾ। ਓਏ ਕੋਈ ਗੱਲ ਨਹੀਂ, ਪਤਾ ਲੱਗ ਜੂ। ਜਨਾਬ ਜੀ ਆਇਆ ਜੀ ਵਿਨੋਦ ਕੁਮਾਰ ਜੀ। ਅੱਛਾ ਤੂੰ ਆਇਆ ਵਿਨੋਦ ਕੁਮਾਰ ਜੀ? ਜਨਾਬ ਜਾਣਦੇ ਇਹਨਾਂ ਨੂੰ? ਦੇਖ ਕਿਆ ਹੋਇਆ ਜਨਾਬ। ਤੈਨੂੰ ਪਤਾ ਤੇਰੀ ਵੇਚੀ ਸਕੂਟਰ ਦੇ ਭੁੱਕੀ ਸਮੇਤ ਫੜੇ ਗਏ ਇਹ। ਭੁੱਕੀ ਸਮੇਤ? ਨਹੀਂ ਜਨਾਬ, ਮੈਨੇ ਤਾਂ ਆਪਣੀ ਸਕੂਟਰ ਏਸੀ ਵਾਲਿਓ ਕੋ ਵੇਚੀ ਸੀ ਜਨਾਬ। ਉਹ ਲੱਗਦਾ ਪਸੂੜੀ ਤਕੜੀ ਹੋਈ ਹੈ। ਉਹ ਪਾਓ ਸਾਲ ਨੂੰ ਅੰਦਰ ਤੇ ਫੜ ਕੇ ਲਿਆਓ ਰਿਸ਼ੀ ਵਾਲਿਆਂ ਨੂੰ। ਚੱਲ ਬਈ ਤੂੰ ਵੀ ਅੰਦਰ, ਪਾਓ ਅੰਦਰ ਇਹਨੂੰ। ਚੱਲ ਵੀ ਚੱਲ, ਤੂੰ ਅੰਦਰ ਚੱਲ। ਜਨਾਬ ਆ ਹੈ ਜੀ ਰਿਸ਼ੀ ਵਾਲਿਆ। ਅੱਛਾ ਆ ਹੈ ਰਿਸ਼ੀ ਵਾਲਿਆ ਜੀ। ਉਹ ਬਈ ਤੇਰਾ ਨਾਮ ਬਹੁਤ ਸੁਣਿਆ, ਜਾਣਦਾ ਇਹਨਾਂ ਨੂੰ? ਨਹੀਂ ਜੀ, ਮੈਂ ਤਾਂ ਨਹੀਂ ਜਾਣਦਾ ਜੀ। ਅੱਛਾ ਤੇਰੀ ਵੇਚੀ ਸਕੂਟਰ ਤੇ ਭੁੱਕੀ ਸਮੇਤ ਫੜ ਗਏ ਇਹ? ਨਹੀਂ ਨਹੀਂ ਜੀ, ਮੈਂ ਤਾਂ ਨਹੀਂ ਜਾਣਦਾ ਜੀ ਇਹਨਾਂ ਨੂੰ। ਅੱਛਾ ਤੂੰ ਐਂ ਦੱਸ, ਤੂੰ ਸਕੂਟਰ ਕਿਹਨੂੰ ਵੇਚਿਆ? ਮੈਂ ਤਾਂ ਮਕੈਨਿਕ ਨੂੰ ਵੇਚਿਆ ਜੀ, ਸਕੂਟਰ ਮਕੈਨਿਕ ਹੈ ਜੀ ਇਕਬਾਲ। ਮੈਂ ਤਾਂ ਐਫੀਡੈਵਿਟ ਵੀ ਲਿਖਵਾ ਕੇ ਦਿੱਤਾ ਹੋਇਆ ਜੀ। ਐਫੀਡੈਵਿਟ ਲਿਖ ਕੇ? ਹਾਂਜੀ ਇਕਬਾਲ ਨੂੰ? ਹਾਂਜੀ ਹਾਂਜੀ ਜੀ ਜਨਾਬ। ਉਹ ਲੱਗਦਾ ਬਹੁਤ ਤਗੜੀ ਭਸੂੜੀ ਪਾਈ ਹੋਈ ਹੈ ਇਹਨਾਂ ਸਾਲੇ ਸਾਰਿਆਂ ਨੇ। ਉਹ ਕਰੋ ਇਹਨੂੰ ਵੀ ਅੰਦਰ, ਫੜ ਕੇ ਲਿਆਓ ਇਕਬਾਲ ਨੂੰ। ਚੱਲ ਮੈਂ ਅੰਦਰ, ਪਤਾ ਲੱਗੂਗਾ ਤੈਨੂੰ ਹੁਣ। ਜਨਾਬ ਆ ਹੈ ਜੀ ਇਕਬਾਲ ਜੀ। ਅੱਛਾ ਤੂੰ ਇਕਬਾਲ ਹੈ, ਵੈਸੇ ਮੇਰਾ ਕਸੂਰ ਕੀ ਹੈ ਜਨਾਬ? ਮਕੈਨਿਕ ਹੈ ਤੂੰ ਜੀ? ਜਨਾਬ ਜਾਣਦਾ ਇਹਨਾਂ ਨੂੰ? ਨਹੀਂ ਜਨਾਬ। ਉਹ ਤੈਨੂੰ ਪਤਾ ਤੇਰੀ ਵੇਚੀ ਸਕੂਟਰ ਤੇ ਨਾ ਇਹ ਭੁੱਕੀ ਨਾਲ ਫੜੇ ਗਏ? ਜਨਾਬ ਮੈਂ ਤਾਂ ਗਰੀਬ ਜਿਹਾ ਛੋਟਾ ਜਿਹਾ ਮਕੈਨਿਕ ਹਾਂ, ਪੁਰਾਣਾ ਸਕੂਟਰ ਖਰੀਦ ਕੇ ਰਿਪੇਅਰ ਕਰਕੇ ਉਹਨੂੰ ਵੇਚ ਦਿੰਦਾ, ਬਸ ਜਨਾਬ ਗੁਜ਼ਾਰਾ ਚੱਲ ਜਾਂਦਾ। ਐਂ ਦੱਸ ਸਕੂਟਰ ਕੀ ਤੋਂ ਖਰੀਦਿਆ, ਕਿਹਨੂੰ ਵੇਚਿਆ? ਜਨਾਬ ਆਹ ਸਕੂਟਰ ਤਾਂ ਮੈਂ ਰਿਸ਼ੀ ਵਾਲਿਆ ਤੋਂ ਖਰੀਦਿਆ ਸੀ। ਇਹ ਵੇਚਿਆ ਕਿਹਨੂੰ ਸੀ? ਜਨਾਬ ਆਹ ਸਕੂਟਰ ਤਾਂ ਮੈਂ ਬੇਅੰਤ ਨੂੰ ਵੇਚਿਆ ਸੀ। ਅੱਛਾ ਬੇਅੰਤ ਨੂੰ ਵੇਚਿਆ ਸਕੂਟਰ? ਸਾਲੀ ਬੜੀ ਤਗੜੀ ਭਸੂੜੀ ਪਾਈ ਸਾਰਿਆਂ ਨੇ, ਕਦੇ ਕਿਸੇ ਨੂੰ ਵੇਚਤਾ, ਕਦੇ ਕਿਸੇ ਨੂੰ ਵੇਚਤਾ। ਪਾਓ ਸਾਲ ਨੂੰ ਅੰਦਰ ਤੇ ਫੜ ਕੇ ਲਿਓ ਬੇਅੰਤ ਨੂੰ। ਜਨਾਬ ਚੱਲ ਚੱਲ। ਜਨਾਬ ਮੈਂ ਤਾਂ ਮਿਹਨਤ ਕਰਨ ਵਾਲਾ ਬੰਦਾ ਜਨਾਬ, ਜਨਾਬ ਮੈਂ ਤਾਂ ਮਿਹਨਤ ਕਰਨ ਵਾਲਾ ਬੰਦਾ। ਨਾ ਕੀ ਤੇਰਾ? ਬੇਅੰਤ ਜੀ। ਅੱਛਾ ਤੂੰ ਬੇਅੰਤ ਹੈ? ਹਾਂਜੀ। ਉਹ ਸਾਲਿਆ ਤੂੰ ਅੰਤ ਕੀਤੀ ਪਈ ਹੈ, ਜਾਣਦੇ ਇਹਨਾਂ ਨੂੰ? ਇਹਨੂੰ ਜਾਣਦਾ ਜੀ ਮੈਂ। ਕਿਹਨੂੰ? ਆ ਦਾੜੀ ਜੀ ਵਾਲਾ ਜੀ। ਤੂੰ ਕਿਵੇਂ ਜਾਣਦਾ ਇਹਨੂੰ? ਸਵੇਰੇ ਸਵੇਰੇ ਮੇਰੇ ਕੋਲ ਆਇਆ, ਮੈਨੂੰ ਕਿਹਾ ਮੇਰੀ ਮੰਮੀ ਬਿਮਾਰ ਆ ਜੀ, ਮੈਨੂੰ ਸਕੂਟਰ ਦੇ ਰਹੇ, ਮੈਂ ਚੱਕ ਦੇ ਦਿੱਤਾ ਫਿਰ। ਸਾਲਿਆ ਤੈਨੂੰ ਪਤਾ ਤੇਰੀ ਸਕੂਟਰ ਦੇ ਭੁੱਕੀ ਨਾਲ ਫੜੇ ਗਏ ਇਹ? ਭੁੱਕੀ? ਪਰ ਮੇਰਾ ਕੀ ਕਸੂਰ ਹੈ? ਉਹ ਸਾਲਿਆ ਤੇਰਾ ਸਭ ਤੋਂ ਵੱਡਾ ਕਸੂਰ ਹੈ, ਤੂੰ ਐਵੇਂ ਕਿਸੇ ਨੂੰ ਬਿਨਾਂ ਜਾਣ ਪਛਾਣ ਤੇ ਸਕੂਟਰ ਦੇ ਦਿੱਤਾ। ਜਨਾਬ ਹੁਣ ਸਕੂਟਰ ਲੈ ਗਏ, ਮੇਰੀ ਕੀ ਗਲਤੀ ਹੈ, ਮੇਰਾ ਕੀ ਕਸੂਰ ਹੈ, ਮੇਰੇ ਤਾਂ ਅੱਗੇ ਫੜ ਪਿਆ ਪਿਆ।
ਕਸੂਰ ਤਾਂ ਤੇਰਾ ਹੁਣ ਦੱਸ ਦੇ ਤੈਨੂੰ ਹੁਣ ਆ ਗਿਆ ਬਈ ਸਾਰਾ ਮਾਮਲਾ ਸਮਝ ਫੜ ਕੇ ਲਿਆ ਬਈ ਸਾਰੇ ਨੂੰ ਅੰਦਰ ਜੀ ਜਨਾਬ ਸੁਲਝਾਨੇ ਆ ਹੁਣ ਤੇਰਾ ਮਾਮਲਾ ਜੀ ਜਨਾਬ ਹਾਂਜੀ ਜਨਾਬ ਦੱਸੋ ਬਈ ਦੇਖੋ ਗੱਲ ਏਦਾਂ ਹੁਣ ਸਾਰਾ ਮਾਮਲਾ ਕਲੀਅਰ ਹੋ ਗਿਆ ਤੇ ਮੈਨੂੰ ਚਾਹੀਦਾ 1 ਲੱਖ ਰੁਪਇਆ ਲੱਖ ਤੇ ਤੁਹਾਡੇ ਸਾਰਿਆਂ ਦੇ ਸਿਰ ਧੁੱਕੀ ਦਾ ਇਲਜ਼ਾਮ ਹੈ ਇਹ ਕਿਵੇਂ ਓ ਬਾਈ ਤੁਸੀਂ ਆਪਸ ਚ ਸਲਾਹ ਕਰਨੀ ਹੈ ਕਿੱਦਾਂ ਕਿਵੇਂ ਕਰਨਾ ਹੈ ਨਹੀਂ ਤੇ ਭੁੱਕੀ ਦੀ ਬੁਰੀ ਦਾ ਇਲਜ਼ਾਮ ਤੁਹਾਡੇ ਸਿਰ ਤੇ ਹੋਰ ਪਾ ਦੇਣਾ ਮੇਰੀ ਪ੍ਰਮੋਸ਼ਨ ਪੱਕੀ 5-7 ਸਾਲ ਲਈ ਤੁਸੀਂ ਗਏ ਫਿਰ ਅੰਦਰ ਹੁਣ ਇਹ ਸਲਾਹ ਤੁਸੀਂ ਕਰਨੀ ਹੈ ਕਿਵੇਂ ਕਿੱਦਾਂ ਕੀ ਕਰਨਾ ਹੈ ਕਿਹਨੇ ਕਿੰਨਾ ਕਿੰਨਾ ਦੇਣਾ ਇਹ ਸਲਾਹ ਤੁਸੀਂ ਬਾਹਰ ਜਾ ਕੇ ਕਰੋ ਜਨਾਬ ਆ ਤਾਂ ਧੱਕਾ ਹੈ ਜੀ ਧੱਕਾ ਓ ਬਾਈ ਪਾਵਾ ਇਹਨੂੰ ਵੀ ਅੰਦਰ ਧੱਕਾ ਹੋਇਆ ਇਹਦੇ ਨਾਲ ਓ ਨਹੀਂ ਜਨਾਬ ਨਹੀਂ ਅਸੀਂ ਸਲਾਹ ਕਰਕੇ ਦੱਸ ਦਿੰਦੇ ਹਾਂ ਚਲੋ ਬਾਈ ਚਲੋ ਓ ਬਾਹਰ ਜਾ ਫਟਾਫਟ ਬਾਹਰ ਹਾਂ ਯਾਰ ਇਹ ਤਾਂ ਗੱਲ ਮਾੜੀ ਹੋਈ ਵੈਸੇ ਗਲਤੀ ਸਾਡੀ ਸਾਰਿਆਂ ਦੀ ਵੀ ਹੈ ਇਹ ਤਾਂ ਪੁਲਿਸ ਦਾ ਧੱਕਾ ਹੈ ਤੂੰ ਆਪਣੇ ਸਾਥ ਧੱਕਾ ਹੋ ਗਿਆ ਯਾਰ ਧੱਕਾ ਹੋ ਗਿਆ ਆਪਣੇ ਨਾਲ ਵਿਨੋਦ ਤੂੰ ਵੀ ਨਹੀਂ ਸੋਚਿਆ ਇਸ ਬਾਰੇ ਮੈਂ ਤਾਂ ਕਦੇ 1 ਲੱਖ ਰੁਪਏ ਇਕੱਠਾ ਦੇਖਿਆ ਹੀ ਨਹੀਂ ਚੱਲ ਚੁਟਕਲੇ ਨਾ ਸੁਣਾ ਯਾਰ 1 ਲੱਖ ਰੁਪਇਆ ਦੇਖਿਆ ਹੀ ਨਹੀਂ ਵਿਨੋਦ ਭਾਈ ਹਾਂਜੀ ਮੈਂ ਆਪਣੀ ਇੱਜ਼ਤ ਦੇ ਪਿੱਛੇ ਮੈਂ 40-50 ਹਜ਼ਾਰ ਰੁਪਏ ਦਾ ਅਰੇਂਜਮੈਂਟ ਕਰ ਸਕਦਾ ਵੈਸੇ ਤੈਨੂੰ ਇਹ ਪਤਾ ਨਹੀਂ ਸੀਗਾ ਜਦ ਤੂੰ ਇਹ ਸਕੂਟਰ ਲੈ ਰਿਹਾ ਤੂੰ ਕਾਗਜ਼ਾਂ ਦੇ ਨਾਲ ਲੈ ਮੇਰੇ ਤੋਂ ਸਾਈਨ ਕਰਵਾ ਲੈਂਦਾ ਜਿੱਥੇ ਕਰਵਾਉਣੇ ਸੀਗੇ ਇਹ ਕੋਈ ਤਰੀਕਾ ਥੋੜ੍ਹਾ ਹੀ ਹੈ ਯਾਰ ਬਸ ਮੈਂ 40 ਆਪਣੀ ਇੱਜ਼ਤ ਪਿੱਛੇ 50 ਇਸ ਤੋਂ ਜ਼ਿਆਦਾ ਨਹੀਂ ਬਾਕੀ ਦਾ ਅਰੇਂਜਮੈਂਟ ਤੁਸੀਂ ਕਰੋ ਯਾਰ ਯਾਰ ਮੈਨੂੰ ਥੋੜ੍ਹਾ ਪਤਾ ਥਾ ਇਹ ਅੱਗੇ ਵੇਚ ਦੇਗਾ ਉਹ ਯਾਰ ਵੇਚ ਦੇਗਾ ਨਹੀਂ ਵੇਚ ਦੇਗਾ ਇਹ ਤਾਂ ਹੁਣ ਕਰਨਾ ਹੀ ਹੈ ਜਗਾੜ ਅਗਲਾ ਕੇਸ ਕਰ ਰਿਹਾ ਨਹੀਂ ਤਾਂ ਅੰਦਰ ਜਾਣ ਦੀ ਤਿਆਰੀ ਕਰੋ ਮੇਰੀ ਤਾਂ ਸਮਾਜ 'ਚ ਇੱਜ਼ਤ ਹੈ ਯਾਰ ਅਗਰ ਕੇਸ ਬਣ ਗਿਆ ਤਾਂ ਮੇਰੀ ਤਾਂ ਸਰਕਾਰੀ ਨੌਕਰੀ ਚਲੀ ਜਾਏਗੀ ਹਾਂ ਤੂੰ ਦੱਸ ਕਿੰਨੇ ਕਰੇਗਾ ਫਿਰ ਮੈਂ ਤਾਂ 20 ਕਰ ਸਕਦਾ ਹਾਂ ਯਾਰ ਜਨਾਬ ਮੈਂ ਤਾਂ 8,000 ਹੀ ਦੇ ਸਕਦਾ ਨਾ 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 8 ਨਹੀਂ ਤੈਨੂੰ 15,000 ਰੁਪਏ ਕਰਨੇ ਪੈਣੇ ਆ ਏਦਾਂ ਤਾਂ ਕੰਮ ਖਰਾਬ ਹੈ ਨਹੀਂ ਤਾਂ ਤੇਰੇ ਪਿੱਛੇ ਯਾਰ ਤੂੰ 8,000 ਰੁਪਏ ਨੂੰ ਰੋਈ ਜਾਂਦਾ ਇਹਦੇ ਪਿੱਛੇ ਮੇਰਾ ਦੱਸ ਕੀ ਕਸੂਰ ਹੈ ਇਹਦੇ ਅੰਦਰ ਜਨਾਬ ਮੈਨੂੰ ਕਮਾਈ ਨਹੀਂ ਹੈਗੀ ਬਿਲਕੁਲ ਨਾ ਤੂੰ ਜਗਾੜ ਵਧਾ ਮੈਂ 10 ਕਰ ਦੂੰਗਾ ਬਸ ਇਸ ਤੋਂ ਜ਼ਿਆਦਾ ਨਹੀਂ ਆਪਣੇ ਕਿੰਨੇ ਹੋ ਗਏ ਆਪਣੇ ਰਿਸ਼ੀ ਵਾਲੀਆ ਜੀ ਤੁਸੀਂ ਕਿੰਨੇ ਕਰੋਗੇ ਮੈਂ ਨਹੀਂ ਕਰਦਾ 1 ਰੁਪਏ ਵੀ ਮੈਂ ਤਾਂ ਇਹਨੂੰ ਐਫੀਡੋਟ ਦਿੱਤਾ ਆ ਮੈਂ ਕਿਸ ਗੱਲ ਦੇ ਪੈਸੇ ਦੇਵਾਂ ਯਾਰ ਮੇਰੇ ਕੋਲ ਨਹੀਂ 1 ਰੁਪਏ ਵੀ ਨਾ ਕਰਨਾ ਹੀ ਪਊਗਾ ਫਿਰ ਕਿੰਨਾ ਕਰਾਂਗੇ ਮੈਂ ਨਹੀਂ ਦਿੰਦਾ ਯਾਰ ਮੈਂ ਸਭ ਨਾਲ ਗੱਲ ਕਰ ਲੈਂਦਾ ਗੱਲ ਕਰ ਲੈ ਠੀਕ ਹੈ ਮੈਂ ਆਪਣਾ ਦੇ ਲੈਂਦਾ ਯਾਰ ਜੋ ਵੀ ਭੁਗਤਣਾ ਹੋਊਗਾ ਹਾਂ ਵੀ ਤੂੰ ਤੇਰਾ ਜਗਾੜ ਹੁੰਦਾ ਕੁਝ ਮੈਂ ਤਾਂ 5,000 ਕਰ ਲੂੰਗਾ ਜੀ ਜਨਾਬ ਇੱਕ ਗੱਲ ਕਰਨੀ ਸੀ ਜੀ ਹਾਂ ਬੋਲ ਜਨਾਬ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ ਜੀ ਮੈਂ ਤੁਹਾਨੂੰ ਐਫੀਡੇਵਿਟ ਵੀ ਦਿੱਤਾ ਹੋਇਆ ਜੀ ਪਰ ਮੈਂ ਜਨਾਬ ਪੈਸੇ ਮੇਰੇ ਕੋਲ ਤਾਂ ਹੈ ਹੀ ਨਹੀਂ ਜੀ ਅੱਜ ਕੱਲ੍ਹ ਕੰਮ ਬਿਲਕੁਲ ਬੰਦ ਪਿਆ ਜੀ ਗਰਮੀਆਂ ਸਾਡੇ ਕੋਲ ਕੰਮ ਹੀ ਨਹੀਂ ਹੁੰਦਾ ਜਨਾਬ ਸਾਡੇ ਕੋਲ ਪੈਸਾ ਆਉਣਾ ਨਹੀਂ ਹੈਗਾ ਜੀ ਮੈਂ ਨਹੀਂ ਪੈਸੇ ਦੇ ਸਕਦਾ ਜਨਾਬ ਪੈਸੇ ਚਾਹੀਦੇ ਆ ਨਹੀਂ ਜਨਾਬ ਨਹੀਂ ਜੇ ਤੁਸੀਂ ਮੈਨੂੰ ਮਾਰੋ ਕੁੱਟੋ ਜੀ ਧੋਖਾ ਹੋਇਆ ਜੀ ਮੇਰੇ ਨਾਲ ਇਸ ਟਾਈਮ ਕੰਮ ਵੀ ਨਹੀਂ ਹੈਗਾ ਜੀ ਮੇਰੇ ਕੋਲ ਨਹੀਂ ਜਨਾਬ ਨਹੀਂ ਮੈਂ ਨਹੀਂ ਦੇ ਸਕਦਾ ਜੀ ਰੋਣਾ 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 ਗੱਲ ਸੁਣ ਮੇਰੀ ਪਿੱਛੇ ਖੜ ਜੀ ਚੁੱਪ ਕਰਕੇ ਹਾਂਜੀ ਹੋਰ ਗੱਲ ਤੈਨੂੰ ਲੱਗਦਾ ਕਿ ਇਹ ਪੈਸੇ ਦਾ ਇੰਤਜ਼ਾਮ ਕਰ ਲੈਣਗੇ ਜੀ ਜਨਾਬ ਕਰ ਰਹੇ ਨੇ ਉਹ ਅੱਛਾ ਜੀ ਗੱਲ ਸੁਣ ਬਈ ਚੁੱਪ ਕਰਕੇ ਪਿੱਛੇ ਖੜ ਜੀ ਜਨਾਬ ਕੁਛ ਲੈ ਕੇ ਨਹੀਂ ਤੈਨੂੰ ਕੁਛ ਦੇ ਕੇ ਭੇਜੋਗੇ ਜਨਾਬ ਦੀ ਜੈ ਹੋ ਜਨਾਬ ਦੀ ਜੈ ਹੋ ਜਨਾਬ ਦੀ ਜੈ ਹੋ ਮੈਂ ਤਾਂ 20 ਕਰ ਸਕਦਾ ਹਾਂ ਯਾਰ 20 10 ਮੈਂ ਦਊਂਗਾ ਜਨਾਬ 85 ਜਨਾਬ 80 ਹੋਇਆ ਜੀ ਅੱਛਾ 5 ਤੂੰ 5 ਜੀ ਹੈਲੋ ਜੀ ਮੈਂ ਤਾਂ 50,000 ਰੁਪਏ ਕੱਢ ਲਏ ਆਪਣੇ ਤੁਸੀਂ ਕੱਢੋ ਯਾਰ ਮੇਰੀ ਤਾਂ ਸੈਲਰੀ ਆਈ ਸੀ ਯਾਰ ਇਹ ਲਓ 20,000 ਰੁਪਏ ਮੇਰੇ ਹਾਂਜੀ ਲਿਆਓ ਜੀ ਮਸਾ ਸਕੂਟਰ ਦੇ ਪੈਸੇ ਆਏ ਸੀ ਮਸਾ ਕੰਮ ਮਿਲਿਆ ਸੀ ਸੋਚਿਆ ਸੀਗਾ ਬੱਚਿਆਂ ਦੀ ਫੀਸਾਂ ਭਰੂੰਗਾ ਤੇ ਨਵਾਂ ਸਾਈਕਲ ਲਵਾਉਂਗਾ ਕੱਢੋ ਕੱਢੋ ਦੇਣੇ ਤਾਂ ਪੈਣੇ ਹੀ ਆ ਕੱਢ ਕੱਢ ਕਰਦਾ ਕੀ ਨਹੀਂ ਕਰਦਾ ਕੋਸ਼ਿਸ਼ ਕਰਾਂਗੇ ਨਿਪਟਾਉਣ ਦੀ ਚਲੋ ਚਲੋ ਚੱਲੀਏ ਚਲੋ ਜੀ ਬਾਈ ਜੀ ਮੇਰੀ ਤਾਂ ਗੱਲ ਹੋ ਗਈ ਹੈ ਤੁਹਾਡਾ ਇੰਤਜ਼ਾਮ ਹੋ ਗਿਆ ਚੱਲ ਆ ਜਾ ਤੂੰ ਆ ਜਾ ਚੱਲ ਆ ਜਾ ਚਲੋ ਹਾਂਜੀ ਜਨਾਬ ਹੈਲੋ ਜੀ ਸਾਰੇ ਬੰਦਿਆਂ ਨੇ ਮਿਲ ਜੁਲ ਕੇ ਇਕੱਠੇ ਕਰ ਲਏ ਜੀ ਤੁਹਾਡਾ ਜਗਾੜ ਕਰਤਾ ਜੀ ਉਹ ਕਿੰਨੇ ਜਨਾਬ 85 ਹੈ ਜੀ ਹੱਥੋਂ ਕੱਢ ਲਓ 85 ਉਹ ਮੈਂ ਤਾਂ ਗੱਲ 1 ਲੱਖ ਦੀ ਕਰੀ ਸੀ ਉਹ ਜਨਾਬ ਉਹ ਗੱਲ ਤਾਂ ਠੀਕ ਹੈ ਜੀ ਗਰੀਬ ਬੰਦੇ ਥੋੜ੍ਹਾ ਬਹੁਤਾ ਡਿਸਕਾਊਂਟ ਤਾਂ ਸਾਡਾ ਬਣਦਾ ਹੀ ਹੈ ਜੀ ਗਲਤੀ ਤਾਂ ਸਾਡੇ ਤੋਂ ਹੋਈ ਹੈ ਜੀ ਐਡਾ ਨਜਾਇਜ਼ ਜ਼ੁਲਮ ਨਾ ਕਰੋ ਮਹਾਰਾਜ ਤੁਹਾਡੇ ਬੱਚਿਆਂ ਦੇ ਵਿਆਹ ਵਿਹੂ ਤੇ ਕਸਰ ਪੂਰੀ ਕਰ ਦਿਆਂਗੇ ਘਾਟਾ ਵਾਧਾ ਪੂਰਾ ਕਰ ਦਿਆਂਗੇ ਉਹ ਵੈਸੇ ਸਾਰੇ ਦੇ ਪਤੇ ਨੋਟ ਕਰ ਲੈ ਮੈਂ ਕਾਰਡ ਮਿਲ ਜੂ ਵਿਆਹ ਤੇ ਆ ਜਾਓ ਠੀਕ ਹੈ ਉਹ ਕੋਈ ਗੱਲ ਨਹੀਂ ਜਨਾਬ ਸਿਰ ਮੱਥੇ ਤੇ ਹਾਂ ਆ ਜਾਓ ਸ਼ਗਨ ਲੈ ਕੇ ਹਾਂਜੀ ਹਾਂ ਜਨਾਬ
एक गल तो साढ़े पल्ले पैगी, कदे भी जिंदगी च कोई गड्डी या मोटर वाहन बगैर लिखत पढ़ तो ना बेचनी ना खरीदनी। ये तो यह गल बिल्कुल ठीक कह रहा जी, जुर्माना तो असीं वेला ही भरिया जी, अगे तो कोई भी गड्डी कागज तो बिना नहीं खरीदांगे ना ही बेचांगे। हाँ जी सर, मिल गया जनाब। जनाब मिल गया फिर सबक, मिल गया जी। चलो फिर चलो जी जनाब, जनाब। अगे तो गलती नहीं होनी चाहिए किसी की। ठीक है जी। जनाब वो आ गया तू? आ ले फट तू भी, चुप करके तित्र हो, चल फटाफट। जनाब जी हम तो आड़ा फैसला ते हो गया, सानू भी रहा करो। ओए जे ऐदा रहा होण लग गया तो बन गई गल, तुसी भी अपने बापू नू कह के लख रुपए दा इंतजाम कर लो, फिर रहा हो जूंगे, समझे? अड़ी पा।